ਕਾਦੀਆਂ ਦੇ ਮਹੱਲਾ ਵਾਲਮੀਕੀ ਵਿੱਚ ਅੱਜ ਰਾਤ ਕਰੀਬ 8 ਵਜੇ ਐਕਸਾਈਜ਼ ਟੈਕਸੇਸ਼ਨ ਡਿਪਾਰਟਮੈਂਟ ਅਤੇ ਹੈਲਥ ਡਿਪਾਰਟਮੈਂਟ ਵੱਲੋਂ ਸਾਂਝੇ ਤੌਰ ਤੇ ਸੋਨੀ ਟ੍ਰੇਡਿੰਗ ਦੇ ਗੁੜ ਦੇ ਗੋਦਾਮ ਵਿੱਚ ਛਾਪੇਮਾਰੀ ਕੀਤੀ ਗਈ, ਜਿੱਥੇ 14,100 ਕਿਲੋ ਗੁੜ ਬਰਾਮਦ ਕੀਤਾ ਗਿਆ। 140 ਕਿਲੋ ਖਰਾਬ ਗੁੜ ਨੂੰ ਨਸ਼ਟ ਕੀਤਾ ਜਾਵੇਗਾ। ਗੱਲਬਾਤ ਕਰਦਿਆਂ ਐਕਸਾਈਜ਼ ਵਿਭਾਗ ਦੇ ਗੁਰਦਾਸਪੁਰ ਦੇ DSP ਡਾਕਟਰ ਬਲਦੇਵ ਸਿੰਘ ਨੇ ਕਿਹਾ ਕਿ ਅੱਜ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਸੂਚਨਾ ਤੇ ਅਸੀਂ ਸੋਨੀ ਟ੍ਰੇਡਿੰਗ ਦੇ ਗੋਦਾਮ ਵਿੱਚ ਛਾਪੇਮਾਰੀ ਕੀਤੀ, ਜਿੱਥੇ ਕਿ 14,100 ਕਿਲੋ ਗੁੜ ਬਰਾਮਦ ਕੀਤਾ ਗਿਆ, ਜਿਸ ਵਿੱਚ 140 ਕਿਲੋ ਜੋ ਖਰਾਬ ਗੁੜ ਹੈ ਉਸ ਨੂੰ ਨਸ਼ਟ ਕੀਤਾ ਜਾਵੇਗਾ। ਗੁੜ ਦੇ ਸੈਂਪਲ ਲੈ ਗਏ ਹਨ ਤੇ ਜਿਨ੍ਹਾਂ ਨੂੰ ਖਰੜ ਲੈਬੋਰੇਟਰੀ 'ਚ ਭੇਜਿਆ ਜਾਵੇਗਾ ਤੇ 14 ਦਿਨਾਂ ਬਾਅਦ ਜੋ ਵੀ ਰਿਪੋਰਟ ਆਵੇਗੀ ਉਸ ਦੇ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ। ਐਕਸਾਈਜ਼ ਵਿਭਾਗ ਦੇ ਸਹਿਯੋਗ ਨਾਲ ਔਰ ਹੈਲਥ ਡਿਪਾਰਟਮੈਂਟ ਦੇ ਸਹਿਯੋਗ ਨਾਲ ਅਸੀਂ ਕੁਛ ਜਿਹੜਾ ਇਲੀਗਲ ਸ਼ਰਾਬ ਪਾਉਂਦੇ ਨਾ ਅਤੇ ਉਹਦੇ ਤਹਿਤ ਹੀ ਸਾਨੂੰ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਤੋਂ ਸੂਚਨਾ ਮਿਲੀ ਸੀ, ਜਿਹਦੇ ਤਹਿਤ ਅਸੀਂ ਇਹ ਜਿਹੜਾ ਗੋਦਾਮ ਚੈੱਕ ਕੀਤਾ ਹੈਗਾ ਕਾਦੀਆਂ ਵਿੱਚ ਔਰ ਟੋਟਲ ਇਹਦੇ 'ਚ 14,100 ਕਿਲੋ ਮਤਲਬ ਟੋਟਲ ਕੁਆਂਟਿਟੀ ਸੀਗੀ ਗੁੜ ਦੀ, ਜਿਹਦੇ ਵਿੱਚੋਂ 140 ਕਿਲੋ ਜਿਹੜਾ ਉਹ ਅਨਕੰਫਰਮਡ ਯੂਨਿਟ ਸੀਗਾ, ਉਹ ਅਸੀਂ ਡਿਸਟਰੋਏ ਕਰਾ ਦੇਣਾ ਹੈਗਾ ਹੁਣ, ਅਤੇ ਬਾਕੀ ਸੈਂਪਲ ਭਰ ਲਿਆ ਹੈਗਾ ਆਪਾਂ ਖਰੜ ਲੈਬ ਵਿੱਚ ਜਾਏਗਾ ਔਰ ਰਿਪੋਰਟ ਆਉਣ ਉਪਰੰਤ ਇਹ ਦੱਸ ਦੇਵਾਂਗੇ ਵੀ ਇੰਨੀ ਵੱਡੀ ਪੱਧਰ 'ਤੇ ਜਿਹੜਾ ਗੁੜ ਜਮ੍ਹਾਂ ਕੀਤਾ ਗਿਆ ਇਹਦੀ ਕੀ ਵਜ੍ਹਾ। ਦੇਖੋ ਓਨਰ ਤਾਂ ਕਹਿ ਰਿਹਾ ਕੈਟਲ ਫੀਡ ਵਾਸਤੇ, ਓਨਰ ਦੀ ਇਹ ਸਟੇਟਮੈਂਟ ਕੈਟਲ ਫੀਡ ਵਾਸਤੇ ਆ, ਬਾਕੀ ਲੈਬ ਦੀ ਰਿਪੋਰਟ ਆਏਗੀ। ਇਹ ਗੋਦਾਮ ਹੈ ਕਿਹਦਾ ਜੀ? ਓਨਰ ਦਾ ਨਾਮ ਇਹ ਗੋਦਾਮ ਹੈ ਕਿੰਨਾ ਦਾ? ਕਿੰਨਾ ਦਾ ਗੋਦਾਮ? ਕਿੰਨਾ ਦਾ? ਸੋਨੀ ਟ੍ਰੇਡਿੰਗ ਕੰਪਨੀ। ਅਗਲੀ ਕੀ ਕਾਰਵਾਈ ਹੋ ਰਹੀ ਹੈ? ਸੈਂਪਲ ਸੈਂਪਲ ਭੇਜਾਂਗੇ ਨਾ, ਖਰੜ ਭੇਜ ਦੇਣਾ ਆਪਾਂ, ਉਹ ਤੋਂ ਰਿਪੋਰਟ ਆਏਗੀ ਹਫ਼ਤੇ 10 ਦਿਨ ਦੇ ਵਿੱਚ ਅਤੇ ਰਿਪੋਰਟ ਆਉਣ ਉਪਰੰਤ ਹੀ ਜਿਹੜੀ ਆ ਅਗਲੀ ਕਾਰਵਾਈ।